ਵੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਉਂਦੇ ਕੁਝ ਖੇਡ ਕੇ ਜਾਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਕਾਲ ਓਮ ਸ਼ਾਂਤੀ ਫਿਰ ਲੈ ਕੇ ਆਏ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵਿਹੜੇ ਪਿਛਲੀ ਕੜੀ ਅਸੀਂ ਗੱਲ ਕੀਤੀ ਸੀ ਈਰਖਾ ਬਾਰੇ ਅਤੇ ਸਾਨੂੰ ਦੀਦੀ ਨੇ ਦੱਸਿਆ ਕਿ ਈਰਖਾ ਜੋ ਇਹ ਭਾਵਨਾ ਅੱਜ ਕੱਲ੍ਹ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਔਰ ਆਮ ਹੋ ਗਈ ਹੈ ਇਹਦੇ ਕੀ ਕਾਰਨ ਨੇ ਅਸੀਂ ਕਿਵੇਂ ਇੱਕ ਦੂਸਰੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨ ਲੱਗਦੇ ਹਾਂ ਜਿਹਦੇ ਕਰਕੇ ਮਨ 'ਚ ਕੰਪੀਟੀਸ਼ਨ ਦੀ ਭਾਵਨਾ ਆ ਜਾਂਦੀ ਹੈ ਔਰ ਸਾਡੇ ਅੰਦਰ ਜੈਲਸੀ ਦਾ ਭਾਵ ਕਦੋਂ ਆ ਜਾਂਦਾ ਹੈ ਸਾਨੂੰ ਵੀ ਪਤਾ ਨਹੀਂ ਚੱਲਦਾ ਹੈ ਇਹਦੇ ਉੱਪਰ ਦੀਦੀ ਨੇ ਸਾਨੂੰ ਸੋਲਿਊਸ਼ਨ ਦਿੱਤਾ ਕਿ ਸਾਨੂੰ ਰੇਸ ਕਰਨੀ ਹੈ ਲੇਕਿਨ ਰੀਸ ਨਹੀਂ ਕਰਨੀ ਹੈ ਇਸੇ ਕੜੀ ਨੂੰ ਅੱਗੇ ਲੈ ਕੇ ਚੱਲਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਭਾਵ ਨੂੰ ਅਸੀਂ ਆਪਣੇ ਦਿਲੋਂ ਕਿੱਦਾਂ ਕੱਢ ਸਕਦੇ ਹਾਂ ਔਰ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਨੁਮਾ ਕਿਵੇਂ ਬਣਾ ਸਕਦੇ ਹਾਂ ਸਾਡੇ ਨਾਲ ਨੇ ਸੀਨੀਅਰ ਬ੍ਰਹਮਾ ਕੁਮਾਰੀ ਅਨੀਤਾ ਦੀਦੀ ਜੀ ਦੀਦੀ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਆਪਾਂ ਪਿਛਲੀ ਵਾਰ ਗੱਲ ਖਤਮ ਕੀਤੀ ਸੀ ਕੰਪੀਟੀਸ਼ਨ ਦੇ ਉੱਪਰ ਔਰ ਇਹਦੇ ਉੱਪਰ ਮੈਂ ਪਿਛਲੀ ਵਾਰੀ ਤੁਹਾਨੂੰ ਸਵਾਲ ਕਰਨ ਵਾਲੀ ਸਾਂ ਪਰ ਆਪਣਾ ਟਾਈਮ ਘੱਟ ਹੋਣ ਦੇ ਕਾਰਨ ਨਹੀਂ ਕਰ ਪਾਏ ਕਿ ਕੰਪੀਟੀਸ਼ਨ ਨੂੰ ਬਹੁਤ ਸਾਰੇ ਲੋਕ ਪੋਜ਼ਿਟਿਵ ਵੀ ਲੈਂਦੇ ਹੈ ਕਹਿੰਦੇ ਹੈਲਦੀ ਕੰਪੀਟੀਸ਼ਨ ਹੋਣਾ ਬਹੁਤ ਜ਼ਰੂਰੀ ਹੈ ਅਗਰ ਕੰਪੀਟੀਸ਼ਨ ਨਹੀਂ ਹੋਏਗਾ ਤਾਂ ਅਸੀਂ ਅੱਛਾ ਪਰਫੋਰਮ ਨਹੀਂ ਕਰ ਪਾਵਾਂਗੇ ਇਹਦਾ ਫਿਰ ਕੀ ਰਿਲੇਸ਼ਨ ਹੈ ਜੋ ਮੈਨੂੰ ਲੱਗਦਾ ਜੋ ਜੈਲਸੀ ਜੋ ਈਰਖਾ ਦੀ ਆਪਾਂ ਗੱਲ ਕਰ ਰਹੇ ਹਾਂ ਉਹਦਾ ਇੱਕ ਰੀਜ਼ਨ ਕੰਪੀਟੀਸ਼ਨ ਵੀ ਹੈ ਹੈਲਦੀ ਕੰਪੀਟੀਸ਼ਨ ਨੂੰ ਹੀ ਆਪਾਂ ਰੇਸ ਕਹਿ ਸਕਦੇ ਹਾਂ ਹਾਂਜੀ ਤੇ ਈਰਖਾ ਨੂੰ ਆਪਾਂ ਜੈਲਸੀ ਕਹਿੰਦੇ ਹਾਂ ਜਾਂ ਰੀਸ ਕਹਿੰਦੇ ਹਾਂ ਤੇ ਰੀਸ ਵਾਲਾ ਕਹਿੰਦਾ ਹੈ ਤੇਥੋਂ ਅੱਗੇ ਦੌੜਾਂਗਾ ਜਿਸ ਤਰ੍ਹਾਂ ਆਪਾਂ ਸ਼ੇਰ ਤੇ ਜੰਗਲ ਵਾਲੀ ਗੱਲ ਕੀਤੀ ਸੀ ਤੇ ਜਿਹੜਾ ਰੇਸ ਵਾਲਾ ਕਹਿੰਦਾ ਹੈ ਕਿ ਮੈਂ ਅੱਗੇ ਵਧਣਾ ਹੈ ਅੱਗੇ ਵਧਣਾ ਹੈ ਇਸ ਤੋਂ ਵੀ ਅੱਗੇ ਵਧਣਾ ਹੈ ਪਰ ਇਸ ਆਪਣੀ ਤਾਕਤ ਨੂੰ ਲੈ ਕੇ ਅੱਗੇ ਵਧਣਾ ਹੈ ਤੇ ਰੇਸ ਕਰਨਾ ਤੇ ਕੋਈ ਬੁਰੀ ਗੱਲ ਨਹੀਂ ਹੈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਪਰ ਅੱਜ ਕੱਲ੍ਹ ਦਾ ਕੰਪੀਟੀਸ਼ਨ ਏਦਾਂ ਦਾ ਹੋ ਗਿਆ ਹੈ ਕਿ ਉਹ ਆਪਣੀ ਪ੍ਰੋਗਰੈਸ ਤੇ ਸ਼ਕਤੀ ਲਾਣਾ ਭੁੱਲ ਜਾਂਦੇ ਹੈ ਦੂਜੇ ਨੂੰ ਡਿਗਾਉਣ ਤੇ ਆਪਣੀ ਸ਼ਕਤੀਆਂ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੈ ਉਹਨੂੰ ਆਪਾਂ ਕਹਿੰਦੇ ਹਾਂ ਕਿ ਉਹਦੇ ਅੱਖਾਂ ਤੇ ਪਰਦਾ ਪੈ ਗਿਆ ਹੈ ਉਹਨੂੰ ਜ਼ਰੂਰ ਚੇਂਜ ਕਰਨ ਦੀ ਲੋੜ ਪੈਂਦੀ ਹੈ ਮਤਲਬ ਜੋ ਪੂਰਾ ਫੋਕਸ ਹੈ ਉਹ ਸਾਹਮਣੇ ਵੱਲ ਨੂੰ ਡਿਗਾਉਣ ਤੇ ਔਰ ਹੈਰਾਨ ਤੇ ਜ਼ਿਆਦਾ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਆਪਣੀ ਜਿੱਤ ਦੀ ਤਰਫ ਜ਼ਿਆਦਾ ਕੰਸੈਂਟ੍ਰੇਸ਼ਨ ਨਹੀਂ ਹੁੰਦਾ ਤੇ ਐਸੇ ਕਰਕੇ ਜੇ ਮੈਂ ਜਿੱਤਾਂ ਠੀਕ ਗੱਲ ਹੈ ਪਰ ਫੋਕਸ ਹੋ ਗਿਆ ਦੂਜੇ ਨੂੰ ਹਰਾਉਣਾ ਹੈ ਇਹ ਤੇ ਦੁਸ਼ਮਣੀ ਦੀ ਗੱਲ ਹੋ ਗਈ ਨਾ ਇਹ ਤੇ ਫਿਰ ਇਨਸਾਨੀਅਤ ਦੇ ਅਗੇਂਸਟ ਹੈ ਇਹਦੇ ਵਾਸਤੇ ਤੇ ਦੂਜੇ ਨਾਲ ਨਫ਼ਰਤ ਕਰਨੀ ਪੈਣੀ ਹੈ ਨਹੀਂ ਸਾਰੇ ਮੇਰੇ ਭਰਾ ਨੇ ਜਿਸ ਤਰ੍ਹਾਂ ਚਾਰ ਭਰਾ ਇਕੱਠੇ ਹੋਣ ਤੇ ਉਹ ਇੱਕ ਜ਼ਿਆਦਾ ਕਮਾ ਰਿਹਾ ਤੇ ਉਹਨੂੰ ਇਹ ਵੀ ਸੋਚ ਹੋਣੀ ਚਾਹੀਦੀ ਹੈ ਕਿ ਦੂਜੇ ਦਾ ਵੀ ਤਾਂ ਰੋਟੀ ਪਾਣੀ ਚੱਲਦਾ ਰਹੇ ਉਹ ਵੀ ਜ਼ਿਆਦਾ ਕਮਾਵੇ ਮਿਲ ਕੇ ਵੰਡ ਕੇ ਖਾਈਏ ਜਿਹਨੂੰ ਕਹਿੰਦੇ ਹਾਂ ਵੰਡ ਖਾਓ ਖੰਡ ਖਾਓ ਹਾਂਜੀ ਪਰ ਦੀਦੀ ਜਦੋਂ ਆਪਾਂ ਕੰਪੀਟੀਸ਼ਨ ਦੀ ਗੱਲ ਕਰਦੇ ਹਾਂ ਜਿੱਥੇ ਦੋ ਲੋਕਾਂ ਦਾ ਕੰਪੀਟੀਸ਼ਨ ਹੋ ਰਿਹਾ ਹੈ ਜਾਂ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਨੇ ਉੱਥੇ ਕਿਸੇ ਇੱਕ ਨਾ ਇੱਕ ਨੂੰ ਤਾਂ ਹਾਰਨਾ ਹੀ ਹੈ ਔਰ ਇੱਕ ਨੂੰ ਜਿੱਤਣਾ ਹੀ ਹੈ ਜਦੋਂ ਤੱਕ ਅਸੀਂ ਇਹ ਨਹੀਂ ਸੋਚਾਂਗੇ ਕਿ ਸਾਹਮਣੇ ਵਾਲੇ ਨੂੰ ਹਰਾਉਣਾ ਹੈ ਉਦੋਂ ਤੱਕ ਅਸੀਂ ਵੀ ਕਿਵੇਂ ਜਿੱਤ ਪਾਵਾਂਗੇ ਜਿਹੜਾ ਹਾਰੇਗਾ ਉਹਦੇ ਵਾਸਤੇ ਸਾਡੇ ਦਿਲ ਵਿੱਚ ਪਿਆਰ ਤੇ ਭਾਈਚਾਰਾ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਪਹਿਲਾਂ ਮਨ ਤੋਂ ਹਰਾ ਦਿੰਦੇ ਹਾਂ ਯਾਨੀ ਮਨੋਂ ਦੂਜੇ ਨੂੰ ਡਗਾ ਦਿੰਦੇ ਹਾਂ ਆਪਣੇ ਮਨ ਚੋਂ ਇਹ ਸੋਚ ਲੈਂਦੇ ਹਾਂ ਕਿ ਦੂਜਾ ਮੇਰੇ ਤੋਂ ਨੀਵਾਂ ਹੈਗਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਦੂਜੇ ਦੀ ਵੀ ਸੈਲਫ ਰਿਸਪੈਕਟ ਤੇ ਬਣੀ ਰਹਿਣੀ ਚਾਹੀਦੀ ਹੈ ਨਾ ਤੇ ਹਾਰਨ ਵਾਲਾ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਸਪੋਰਟਸਮੈਨ ਸਪਿਰਿਟ ਹੁੰਦੀ ਹੈ ਇੱਕ ਸਪੋਰਟਸਮੈਨ ਸਪਿਰਿਟ ਕੀ ਹੁੰਦੀ ਹੈ ਜਦੋਂ ਗੇਮ ਖੇਡਦੇ ਹਾਂ ਤੇ ਕੋਈ ਜਿੱਤਦਾ ਹੈ ਕੋਈ ਹਾਰਦਾ ਹੈ ਤੇ ਜਿੱਤਣ ਵਾਲਾ ਹਾਰਨ ਵਾਲੇ ਨੂੰ ਗਲੇ ਲਾ ਲੈਂਦਾ ਹੈ ਤੇ ਨੈਕਸਟ ਗੇਮ ਫਿਰ ਉਹਨੇ ਸੈਲਫ ਰਿਸਪੈਕਟ ਨਾਲ ਖੇਡਦੇ ਨੇ ਕਿ ਦੂਜੀ ਵਾਰੀ ਦੂਜਾ ਹਾਰ ਜਾਏਗਾ ਤੇ ਪਹਿਲੇ ਵਾਲਾ ਜਿਹੜਾ ਹਾਰਿਆ ਸੀ ਉਹ ਫਿਰ ਜਿੱਤ ਜਾਏਗਾ ਤੇ ਜ਼ਿੰਦਗੀ 'ਚ ਫਾਈਨਲ ਜਿੱਤ ਫਾਈਨਲ ਹਾਰ ਕਿਸੇ ਵੀ ਚੀਜ਼ ਨੂੰ ਨਹੀਂ ਮੰਨ ਲੈਣਾ ਚਾਹੀਦਾ ਕੋਈ ਬਿਜ਼ਨਸ ਦਾ ਕੰਪੀਟੀਸ਼ਨ ਹੈ ਕਿਸੇ ਦਾ ਪੜ੍ਹਾਈ ਦਾ ਕੰਪੀਟੀਸ਼ਨ ਹੈ
ਕਿਸੇ ਦਾ ਕੈਰੀਅਰ ਦਾ ਕੰਪੀਟੀਸ਼ਨ ਹੈ, ਉਹਦੇ 'ਚ ਆਪਾਂ ਸੀਟ ਵਾਈਜ਼ ਮਨੀ ਵਾਈਜ਼ ਉੱਚੇ ਨੀਵੇਂ ਹੋ ਸਕਦੇ ਹਾਂ, ਉਹ ਬੁਰੀ ਗੱਲ ਨਹੀਂ ਹੈ, ਉਹਦੇ 'ਚ ਤੁਸੀਂ ਰਾਈਜ਼ ਕਰਦੇ ਹੋ ਕੋਈ ਬੁਰੀ ਗੱਲ ਨਹੀਂ ਹੈ, ਪਰ ਇਹ ਨਹੀਂ ਕਿ ਤੁਸੀਂ ਔਫਿਸਰ ਬਣ ਗਏ ਅਤੇ ਤੁਹਾਡਾ ਕੋਈ ਜੂਨੀਅਰ ਹੈ ਅਤੇ ਉੱਤੇ ਤੁਸੀਂ ਸ਼ੇਖੀਆਂ ਮਾਰੀ ਜਾਓ ਜਾਂ ਉਹਨੂੰ ਤੁਸੀਂ ਕੁਛ ਸਮਝੋ ਹੀ ਨਾ, ਇੱਕ ਇਨਸਾਨ ਵੀ ਨਾ ਸਮਝੋ, ਉਹ ਚੀਜ਼ ਖਰਾਬ ਹੁੰਦੀ ਹੈ। ਉਦਾਂ ਦਾ ਕੰਪੀਟੀਸ਼ਨ ਤਾਂ ਇਨਸਾਨੀਅਤ ਨੂੰ ਖਾ ਰਿਹਾ ਹੈਗਾ। ਉਦਾਂ ਦਾ ਕੰਪੀਟੀਸ਼ਨ ਇੱਦਾਂ ਦਾ ਹੁੰਦਾ ਕਿ ਅਸੀਂ ਸਿਰਫ ਆਪਣੇ ਪ੍ਰੋਫਿਟ ਬਾਰੇ ਸੋਚਦੇ ਹਾਂ ਅਤੇ ਦੂਜੇ ਦਾ ਖੂਨ ਵੀ ਚੂਸਣ ਨੂੰ ਤਿਆਰ ਹੋ ਜਾਂਦੇ ਹਾਂ, ਜਿਸ ਤਰ੍ਹਾਂ ਅੱਜ ਕੱਲ੍ਹ ਹੋ ਰਿਹਾ ਹੈ। ਮਨੀ ਬੈਕਸ ਮਨੀ, ਰਿਚ ਹੋਰ ਰਿਚ ਹੁੰਦੇ ਜਾਂਦੇ ਹੈ, ਗਰੀਬ ਹੋਰ ਗਰੀਬ ਹੁੰਦੇ ਜਾਂਦੇ। ਜਿਹਦੇ ਕੋਲ 4 ਕੋਠੀਆਂ ਹੈ ਉਹ 5ਵੀਂ ਕੋਠੀ ਹੋਰ ਬਣਾਉਣ ਦੀ ਸੋਚ ਰਿਹਾ ਹੈ, ਇਹ ਨਹੀਂ ਸੋਚ ਰਿਹਾ ਕਿ ਝੁੰਪੜੀ ਵਾਲਾ ਝੁੰਪੜੀ ਤੋਂ ਵੀ ਚਲਾ ਜਾਏਗਾ। ਇਸ ਤਰ੍ਹਾਂ ਦਾ ਕੰਪੀਟੀਸ਼ਨ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਇਨਸਾਨੀਅਤ ਦੇ ਨਾਂ ਤੇ ਕੀੜਾ ਲਾਉਣ ਵਾਲੀ ਗੱਲ ਹੈ ਤੇ ਪੂਰੇ ਦੁਨੀਆਂ ਨੂੰ ਹੀ ਨਰਕ ਬਣਾ ਸਕਦਾ ਹੈ ਇਸ ਤਰ੍ਹਾਂ ਦਾ ਕੰਪੀਟੀਸ਼ਨ ਤੇ। ਕੰਪੀਟੀਸ਼ਨ ਹੈਲਦੀ ਹੋਣਾ ਚਾਹੀਦਾ। ਅਸੀਂ ਉਸ ਹੱਦ ਤੱਕ ਕੰਪੀਟੀਸ਼ਨ ਕਰੀਏ ਜਿਸ ਹੱਦ ਤੱਕ ਇਨਸਾਨੀਅਤ ਨਾ ਮਰ ਜਾਏ। ਹਾਂਜੀ, ਕਈ ਵਾਰੀ ਲੋਕੀ ਕੰਪੀਟੀਸ਼ਨ ਦੇ ਨਾਂ ਤੇ ਦੂਜੇ ਨੂੰ ਪਿੱਛੇ ਛੱਡਣ ਦੇ ਨਾਂ ਤੇ ਬੜੇ ਰੋਂਗ ਮੀਨਸ ਯੂਜ਼ ਕਰਦੇ ਹੈ, ਜਿਸ ਤਰ੍ਹਾਂ ਨਕਲ ਮਾਰ ਲੈਣਗੇ, ਜਿਸ ਤਰ੍ਹਾਂ ਪੇਪਰ ਪਹਿਲੇ ਕਿਸੇ ਵੀ ਤਰੀਕੇ ਨਾਲ ਪਤਾ ਕਰਾ ਲੈਣਗੇ, ਜਿਸ ਤਰ੍ਹਾਂ ਦੂਜਾ ਚਾਹੇ ਕਿੰਨਾ ਵੀ ਪੜ੍ਹਨ ਵਾਲਾ ਹੈ ਉਹਦੀ ਕਾਬਲੀਅਤ ਨੂੰ ਖਤਮ ਕਰਨ ਵਾਸਤੇ ਕਿਸੇ ਵੀ ਤਰ੍ਹਾਂ ਕੋਈ ਚੀਜ਼ ਖਵਾ ਕੇ ਉਹਨੂੰ ਬਿਮਾਰ ਕਰ ਦੇਣਗੇ, ਜੋ ਪੇਪਰ ਉਹ ਪੇਪਰ ਨਾ ਦੇ ਸਕੇ, ਉਹ ਉਸ ਪਾਸੇ ਆ ਨਾ ਸਕੇ। ਕੰਪੀਟੀਸ਼ਨ ਬੁਰੀ ਚੀਜ਼ ਨਹੀਂ ਸੀ ਕਿ ਉਹ ਬਹੁਤ ਪੜ੍ਹਦਾ, ਤੁਸੀਂ ਵੀ ਪੜ੍ਹ ਲਓ, ਉਹ ਬਹੁਤ ਇੰਟੈਲੀਜੈਂਟ ਹੈ, ਤੁਸੀਂ ਆਪਣੀ ਕਪੈਸਿਟੀ ਵਧਾ ਦਿਓ। ਤੇ ਜਿਹੜਾ ਹੈਲਦੀ ਕੰਪੀਟੀਸ਼ਨ ਹੈ ਉਹ ਕਪੈਸਿਟੀ ਵਧਾਏਗਾ ਆਪਣੀ, ਹਾਂਜੀ, ਕਿ ਤੁਹਾਡੇ ਵਰਗਾ ਬਣ ਜਾਵਾਂ ਜੀ। ਜਿਹੜਾ ਰੋਂਗ ਕੰਪੀਟੀਸ਼ਨ ਹੈਗਾ ਹੈ ਜਿਹਨੂੰ ਆਪਾਂ ਜੈਲਸੀ ਜਾਂ ਈਰਖਾ ਕਹਿੰਦੇ ਹਾਂ, ਉਹ ਦੂਜੇ ਦੀ ਕਪੈਸਿਟੀ ਘਟਾਏਗਾ। ਜੇ ਤੁਸੀਂ ਸਾਰੇ ਇੱਦਾਂ ਕਰਨ ਲੱਗ ਗਏ ਕਿ ਆਪਣੀ ਕਪੈਸਿਟੀ ਵਧਾਉਣ ਵਾਸਤੇ ਦੂਜੇ ਦੀ ਘਟਾ ਰਹੇ ਹੋ ਤੇ ਦੇਸ਼ ਦਾ ਕੀ ਹਾਲ ਹੋਏਗਾ ਤੇ ਦੁਨੀਆਂ ਦਾ ਕੀ ਹਾਲ ਹੋਏਗਾ? ਟੋਟਲ ਕੁਆਲਿਟੀ ਲੈਵਲ ਤੇ ਲੋ ਚਲਾ ਜਾਏਗਾ। ਇੱਕ ਬਹੁਤ ਵੱਡਾ ਦੇਸ਼ ਤੇ ਦੁਨੀਆਂ ਦੇ ਅਗੇਂਸਟ ਜਿਸ ਤਰ੍ਹਾਂ ਆਪਾਂ ਕੰਮ ਕਰ ਰਹੇ ਹਾਂ। ਹਾਂਜੀ, ਬਿਲਕੁਲ, ਮਾਨਵ ਦਾ ਔਰ ਇਨਸਾਨੀਅਤ ਦੇ ਅਗੇਂਸਟ ਜਾ ਰਹੇ ਹਾਂ, ਧਰਮ ਦੇ ਅਗੇਂਸਟ ਜਾ ਰਹੇ ਹਾਂ ਤੇ ਨਾਲੇ ਆਪਣੇ ਵੈਲਿਊਜ਼ ਦੇ ਅਗੇਂਸਟ ਜਾ ਰਹੇ ਹਾਂ। ਕਿੰਨਾ ਆਪਣੀ ਵੈਲਿਊਜ਼ ਨੂੰ ਮਾਰਨਾ ਪਏਗਾ ਇਹਦੇ ਵਾਸਤੇ? ਸਹੀ ਗੱਲ ਹੈ। ਇੱਕ ਹੋਰ ਰੀਜ਼ਨ ਮੈਨੂੰ ਇਹਦਾ ਜੋ ਸਮਝ ਆਉਂਦਾ ਹੈ ਕਿ ਈਰਖਾ ਦੀ ਭਾਵਨਾ ਹੈ, ਅਸੀਂ ਬਹੁਤ ਜ਼ਿਆਦਾ ਇਨਸਿਕਿਉਰਡ ਵੀ ਹੋ ਗਏ ਹਾਂ ਅੱਜ ਕੱਲ੍ਹ, ਔਰ ਉਹ ਸਿਕਿਉਰਿਟੀ ਵਾਲੀ ਭਾਵਨਾ ਨਹੀਂ ਰਹੀ ਹੈ। ਸਾਨੂੰ ਇਹ ਲੱਗਦਾ ਹੈ ਕਿ ਅੱਜ ਅਗਰ ਇਹਨੂੰ ਜ਼ਿਆਦਾ ਇੰਪੋਰਟੈਂਸ ਮਿਲ ਰਹੀ ਹੈ ਤਾਂ ਮੇਰੀ ਇੰਪੋਰਟੈਂਸ ਘੱਟ ਹੋ ਜਾਏਗੀ। ਇਹ ਵੀ ਇੱਕ ਰੋਂਗ ਅੰਡਰਸਟੈਂਡਿੰਗ ਹੈਗੀ ਹੈ ਕਿ ਦੂਜੇ ਨੂੰ ਇੰਪੋਰਟੈਂਸ ਮਿਲਣ ਨਾਲ ਮੇਰੀ ਇੰਪੋਰਟੈਂਸ ਸਿਰਫ ਉਦੋਂ ਘੱਟਦੀ ਹੈ ਜਦੋਂ ਮੈਂ ਆਪਣੀ ਇੰਪੋਰਟੈਂਸ ਆਪਣੇ ਮਨੋਂ ਘਟਾ ਦਿਆਂ। ਅਦਰਵਾਈਜ਼ ਹਰ ਇੱਕ ਯੂਨੀਕ ਪਰਸਨੈਲਿਟੀ ਹੈ। ਜੇ ਕਿਸੇ ਫੀਲਡ 'ਚ ਦੂਜੇ ਨੂੰ ਜ਼ਿਆਦਾ ਇੰਪੋਰਟੈਂਸ ਮਿਲ ਗਈ, ਤੁਸੀਂ ਆਪਣੇ ਸੈਲਫ ਰਿਸਪੈਕਟ ਵਿੱਚ ਰਹੋ ਕਿ ਹਰ ਇੱਕ ਦਾ ਰੋਲ ਆਪਣੀ ਥਾਈਂ ਬਹੁਤ ਵਧੀਆ ਹੁੰਦਾ ਹੈ। ਜੇ ਘਰ 'ਚ ਮਾਂ ਦਾ ਰੋਲ ਬਹੁਤ ਵਧੀਆ ਹੈ, ਡੈਡੀ ਆਉਂਦੇ ਹੈ, ਮੰਮੀ ਨੂੰ ਬਹੁਤ ਪੁੱਛਦੇ ਹੈ, ਤੇ ਬੱਚੇ ਦਾ ਰੋਲ ਆਪਣੇ ਥਾਈਂ ਬਹੁਤ ਵਧੀਆ ਹੁੰਦਾ ਹੈ। ਜੇ ਬੱਚਾ ਸੋਚਣ ਲੱਗੇ ਮੈਂ ਵੀ ਇਸ ਰੋਲ ਵਿੱਚ ਹੁੰਦਾ, ਮੈਂ ਮੰਮੀ ਹੁੰਦਾ, ਡੈਡੀ ਸਭ ਤੋਂ ਪਹਿਲਾਂ ਮੈਨੂੰ ਆਵਾਜ਼ ਮਾਰ ਦੇ, ਇਟਸ ਇਰਰੈਲੀਵੈਂਟ ਨਾ। ਬੱਚੇ ਦਾ ਰੋਲ ਵੀ ਪੇਰੈਂਟਸ ਦੇ ਦਿਲ ਵਿੱਚ ਬਹੁਤ ਸਾਰੀ ਜਗ੍ਹਾ ਹੈਗੀ ਹੈ, ਉਹਨੂੰ ਪਿਆਰ ਕਰਦੇ ਹੈ, ਉਹਨੂੰ ਕੇਅਰ ਕਰਦੇ ਹੈ, ਤੇ ਹਰ ਇੱਕ ਪੁਰਜਾ ਇਸ ਸੰਸਾਰ ਦੀ ਗੱਡੀ ਵਿੱਚ ਬਹੁਤ ਇੰਪੋਰਟੈਂਟ ਹੁੰਦਾ। ਈਵਨ ਮੈਂ ਤਾਂ ਇੱਥੋਂ ਤੱਕ ਮੰਨਦੀ ਹਾਂ ਜੇ ਕਿਸੇ ਆਫਿਸ 'ਚ ਇੱਕ PN ਵੀ ਹੈਗਾ ਹੈ, ਜੇ ਕਿਸੇ ਮਾਰਕੀਟ 'ਚ ਇੱਕ ਰੇੜੀ ਵਾਲਾ ਵੀ ਹੈਗਾ ਹੈ, ਕਿਸੇ ਘਰ ਵਿੱਚ ਕੋਈ ਕੰਮ ਕਰਨ ਵਾਲਾ ਨੌਕਰ ਵੀ ਹੈਗਾ ਹੈ, ਇਹਨਾਂ ਦਾ ਵੀ ਸੈਲਫ ਰਿਸਪੈਕਟ ਵੱਡੇ ਵੱਡੇ ਅਫਸਰਾਂ ਤੋਂ ਵੱਧ ਵੀ ਹੋ ਸਕਦਾ। ਆਪਾਂ ਇਹੋ ਜਿਹੇ ਲੋਕੀ ਦੇਖੇ ਵੀ ਹੈਗੇ। ਬਿਲਕੁਲ, ਸਾਡੇ ਸੈਂਟਰ ਤੇ ਇੱਕ ਭਾਈ ਸਾਹਿਬ ਆਉਂਦੇ ਸੀ, ਬਹੁਤ ਸੀਨੀਅਰ ਆਫਿਸਰ, ਬਹੁਤ ਕਰਕੇ ਬਹੁਤ ਗੱਲਾਂ 'ਚ ਡਿਪਰੈਸ ਰਹਿੰਦੇ ਨੇ, ਤੇ ਇੱਕ ਵਾਰੀ ਕਹਿੰਦੇ ਭੈਣ ਜੀ ਇੱਕ ਗੱਲ ਦੱਸਾਂ, ਅੱਜ ਮੈਨੂੰ ਬਹੁਤ ਵੱਡੀ ਸਿੱਖ ਮਿਲੀ ਹੈ। ਮੈਂ ਕਿਹਾ ਕੀ ਮਿਲੀ ਹੈ? ਕਹਿੰਦੇ ਮੇਰੀ ਗੱਡੀ ਚਲਾਉਣ ਵਾਲਾ ਇੱਕ ਡਰਾਈਵਰ ਸੀਗਾ, ਅੱਜ ਮੇਰੇ ਨਾਲ ਗਿਆ ਹੈ ਦਿੱਲੀ ਤੱਕ। ਕਹਿੰਦਾ ਉਹਦਾ ਸੈਲਫ ਰਿਸਪੈਕਟ ਤੇ ਖੁਸ਼ੀ ਦੇਖ ਕੇ ਮੈਨੂੰ ਇੰਨੀ ਸ਼ਰਮ ਆਈ, ਇੰਨੀ ਸ਼ਰਮ ਆਈ ਕਿ ਬਾਰ ਬਾਰ ਥੋੜ੍ਹੀ ਦੇਰ ਪਿੱਛੋਂ ਕਹਿੰਦਾ, ਸਾਹਿਬ ਜੀ ਮੇਰੀ ਕਿਸਮਤ ਕਿੰਨੀ ਚੰਗੀ ਹੈ, ਮੈਂ ਦੇਖੋ AC ਗੱਡੀਆਂ 'ਚ ਘੁੰਮਦਾ ਹਾਂ। ਫਿਰ ਥੋੜ੍ਹੀ ਦੇਰ ਪਿੱਛੋਂ ਕਹਿੰਦਾ, ਸਾਹਿਬ ਜੀ ਰੱਬ ਨੇ ਕੀ ਸੋਚਿਆ,
ਮੈਂ ਪਿੰਡ ਚ ਸੀਗਾ, ਮੈਨੂੰ ਸ਼ਹਿਰਾਂ ਚ ਘੁਮਾ ਰਿਹਾ ਹੈ। ਥੋੜੀ ਦੇਰ ਪਿੱਛੋਂ ਕਹਿੰਦਾ, ਸਾਹਿਬ ਜੀ ਮੇਰੀ ਕਿਸਮਤ ਕਿੰਨੀ ਚੰਗੀ ਹੈਗੀ ਹੈ, ਤੁਹਾਡੇ ਨਾਲ ਹੋਟਲਾਂ ਚ ਘੁੰਮਦਾ ਹੈਗਾ। ਦੇਖੋ ਡਰਾਈਵਰ ਹੋ ਕੇ ਇੰਨੀ ਉਹਦੀ ਸੋਚ ਪੋਲਿਸ਼ਡ ਤੇ ਚੰਗੀ ਹੈਗੀ ਹੈ, ਜਿਹੜਾ ਉਹ ਇਹ ਨੀ ਸੋਚ ਰਿਹਾ ਮੇਰੀ ਸੈਲਰੀ ਇਹਨਾਂ ਤੋਂ ਘੱਟ ਹੈਗੀ, ਇਹ ਨੀ ਸੋਚ ਰਿਹਾ ਕਿ ਲੋਕੀ ਇਹਨਾਂ ਨੂੰ ਸੈਲੂਟ ਕਰਦੇ ਆ ਮੈਨੂੰ ਨੀ ਕਰਦੇ, ਨੈਗੇਟਿਵ ਨਹੀਂ ਸੋਚ ਰਿਹਾ। ਜਿਹੜਾ ਜਿਹੜਾ ਉਹਨੂੰ ਚੰਗਾ ਮਿਲਿਆ ਹੈ ਉਹਦੇ ਬਾਰੇ ਸੋਚ ਰਿਹਾ ਹੈ। ਤੇ ਜੇ ਆਪਾਂ ਈਰਖਾ ਆਪਣੀ ਘਟਾਉਣੀ ਹੈ ਇਹਦੇ ਵਾਸਤੇ ਆਪਣੀ ਨਜ਼ਰਾਂ ਥੋੜੀਆਂ ਜਿਹੀਆਂ ਬਦਲਣੀਆਂ ਪੈਣੀਆਂ ਹੈ। ਹਰੇਕ ਇਹ ਨਾ ਦੇਖੇ ਕਿ ਉਹ ਤੋਂ ਘੱਟ ਕਿੰਨਾ ਮਿਲਿਆ ਮੈਨੂੰ, ਇਹ ਦੇਖੇ ਮੇਰੇ ਤੋਂ ਘੱਟ ਵਾਲੇ ਕਿੰਨੇ ਹੈਗੇ ਦੁਨੀਆਂ 'ਚ, ਕਿੰਨੇ ਹੈ ਜਿਹਨਾਂ ਨੂੰ ਓਨਾ ਵੀ ਨਹੀਂ ਮਿਲਿਆ ਜਿੰਨਾ ਮੈਨੂੰ ਮਿਲਿਆ ਹੈਗਾ। ਪਰ ਇਹ ਜਦੋਂ ਭਾਵ ਅੰਦਰ ਆਉਂਦਾ ਨਾ ਦੀਦੀ, ਉਦੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਸਮਝ ਹੋਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਤੁਰੰਤ ਉਸ ਥੋਟ ਨੂੰ ਫੜ ਲਈਏ, ਉਸ ਵਿਚਾਰ ਨੂੰ ਰੋਕ ਦੇਈਏ ਆਉਣ ਤੋਂ ਪਹਿਲਾਂ ਹੀ। ਇਹੋ ਜਿਹਾ ਕੋਈ ਫਿਲਟਰ ਨਹੀਂ ਹੈ ਕਿ ਉਹ ਥੋਟ ਆਉਣ ਤੋਂ ਪਹਿਲਾਂ ਹੀ ਹੈਗਾ। ਬਹੁਤ ਵਧੀਆ ਫਿਲਟਰ ਹੈਗਾ, ਉਸ ਫਿਲਟਰ ਨੂੰ ਥੋੜਾ ਜਿਹਾ ਤਿਆਰ ਕਰਨਾ ਪੈਂਦਾ, ਥੋੜਾ ਟਾਈਮ ਲਾ ਕੇ। ਉਹ ਫਿਲਟਰ ਹੈਗਾ ਸਾਰੀ ਮਾਨਵਤਾ ਵਾਸਤੇ ਪਿਆਰ, ਸਾਰੀ ਰੂਹਾਂ ਵਾਸਤੇ ਪਿਆਰ। ਇਹ ਦੁਨੀਆਂ 'ਚ ਜੋ ਵੀ ਵੱਸ ਰਹੇ ਨੇ, ਕਿਸੇ ਜਾਮੇ 'ਚ ਹੋਣ, ਛੋਟੇ ਹੋਣ, ਵੱਡੇ ਹੋਣ, ਅਮੀਰ ਹੋਣ, ਗਰੀਬ ਹੋਣ, ਇੱਕ ਗੱਲ ਹਰੇਕ ਆਪਣੇ ਅੰਦਰ ਪਾ ਲੇ, ਇਹ ਸਾਰੇ ਮੇਰੇ ਸਗੇ ਭੈਣਾਂ ਅਤੇ ਭਰਾ ਹੈਗੇ ਹੈ, ਇਹ ਸਾਰੇ ਉਸ ਵਾਹਿਗੁਰੂ ਦੀ ਔਲਾਦ ਹੈਗੇ ਹੈ ਜਿਹਨੇ ਮੈਨੂੰ ਦੁਨੀਆਂ 'ਚ ਭੇਜਿਆ ਹੈ। ਜੇ ਰੱਬ ਨਾਲ ਪਿਆਰ ਹੈ ਸੱਚਾ ਮੇਰੇ ਦਿਲ ਵਿੱਚ, ਤੇ ਰੱਬ ਦੇ ਬੱਚਿਆਂ ਵਾਸਤੇ ਵੀ ਪਿਆਰ ਹੈ। ਹਰ ਇੱਕ ਨੂੰ ਇਸ ਜ਼ਮੀਨ 'ਤੇ ਜੀਣ ਦਾ ਹੱਕ ਹੈਗਾ, ਹਰ ਇੱਕ ਇਨਸਾਨ ਨੂੰ ਅੱਗੇ ਵਧਣ ਦਾ ਅਧਿਕਾਰ ਹੈਗਾ ਹੈ, ਤੇ ਹਰ ਇੱਕ ਮੇਰਾ ਆਪਣਾ ਵੇ। ਇਹ ਸਾਰੀ ਧਰਤੀ ਮੇਰਾ ਘਰ ਹੈ, ਸਾਰੀ ਦੁਨੀਆਂ ਮੇਰਾ ਪਰਿਵਾਰ ਹੈ। ਇਹ ਫੀਲਿੰਗਸ ਡਿਵੈਲਪ ਕਰਕੇ ਦੇਖੇ ਕੋਈ, ਇੰਨਾ ਸਕੂਨ ਪੈ ਜਾਂਦਾ ਜ਼ਿੰਦਗੀ 'ਚ। ਜਿਹੜੀ ਆਪਣੀ ਥੋੜ ਹੈ ਉਹ ਭੁੱਲ ਜਾਂਦੀ ਹੈ, ਉਹਦੇ ਬਜਾਏ ਇਹ ਫੀਲ ਹੋਣ ਲੱਗ ਜਾਂਦਾ ਹੈ ਕਿ ਉਹਨੂੰ ਵੀ ਮਿਲਣਾ ਚਾਹੀਦਾ ਹੈ, ਉਹਨੂੰ ਵੀ ਮਿਲਣਾ ਚਾਹੀਦਾ। ਅਦਰਵਾਈਜ਼ ਜੇ ਥੋੜ ਦੀ ਫੀਲਿੰਗ ਹੈ, ਦੂਜੇ ਤੋਂ ਅੱਗੇ ਵਧਣ ਦੀ ਫੀਲਿੰਗ ਹੈ, ਉਹ ਤਾਂ ਐਂਡਲੈਸ ਦੌੜ ਹੈਗੀ ਹੈ। ਉਹ ਦੌੜ ਇਹੋ ਜਿਹੀ ਹੈਗੀ ਹੈ ਕਿ ਰਿਚੈਸਟ ਇਨ ਦੀ ਵਰਲਡ ਵੀ ਜੇ ਤੁਸੀਂ ਬਣ ਗਏ ਨਾ, ਉਹਦੇ ਬਾਅਦ ਵੀ ਤੁਸੀਂ ਦੌੜਨਾ ਬੰਦ ਨਹੀਂ ਕਰੋਗੇ, ਕਮਾਉਣਾ ਬੰਦ ਨਹੀਂ ਕਰੋਗੇ। ਉਹਦੇ ਬਾਅਦ ਵੀ ਤੁਹਾਨੂੰ ਇੱਕ ਡਰ ਤੇ ਖਤਰਾ ਪਿਆ ਰਹਿਣਾ ਕਿ ਮੇਰਾ ਕੋਈ ਘਟ ਨਾ ਜਾਏ ਕੋਈ ਚੀਜ਼। ਇਨਸਿਕਿਓਰ ਫੀਲਿੰਗ ਵੱਧਦੀ ਜਾਣੀ ਹੈ, ਤੇ ਇਸ ਕਰਕੇ ਸਾਰੇ ਰਲ ਮਿਲ ਖਾਈਏ ਪੀਏ ਤੇ ਰਲ ਮਿਲ ਅੱਗੇ ਵਧੀਏ। ਇਹੋ ਜਿਹੀ ਭਾਵਨਾ ਮੇਰਾ ਆਪਣਾ ਐਕਸਪੀਰੀਅੰਸ ਦੱਸਦਾ ਹੈ ਕਿ ਕਦੇ ਵੀ ਤੁਹਾਨੂੰ ਕਿਸੇ ਦੀ ਵੀ ਕੰਪੀਟੀਸ਼ਨ 'ਚ ਪਿੱਛੇ ਨਹੀਂ ਛੋੜੇਗੀ। ਇਹ ਸਗੋਂ ਇੱਕ ਸ਼ਾਰਟਕੱਟ ਹੈ ਅੱਗੇ ਵਧਣ ਵਾਸਤੇ, ਬਿਲਕੁਲ, ਕਿ ਰਲ ਮਿਲ ਅੱਗੇ ਚੱਲੀਏ ਤੇ ਇੱਕ ਤੇ ਇੱਕ 11 ਹੋ ਜਾਂਦੇ ਹੈ, ਸਾਰਿਆਂ ਨੂੰ ਲੈ ਕੇ ਚੱਲੀਏ, ਮੇਰੀ ਸ਼ਾਨ ਵਧੇ ਤੁਹਾਡੀ ਵੀ ਵਧੇ। ਇਹਦੇ ਨਾਲ ਆਪਣੀ ਕਪੈਸਿਟੀ ਵੱਧ ਜਾਂਦੀ ਹੈ, ਆਪਣੀ ਜਜਮੈਂਟ ਕਲੀਅਰ ਹੋ ਜਾਂਦੀ ਹੈ, ਆਪਣਾ ਸੋਹਣਾ ਫਿਲਟਰ ਲੱਗ ਜਾਂਦਾ ਹੈ। ਤੇ ਜੇ ਮੈਂ ਸਾਰਿਆਂ ਨੂੰ ਦੇਣ ਦੀ ਭਾਵਨਾ ਰੱਖਦੀ ਹਾਂ ਤੇ ਮੈਂ ਸਭ ਦੇ ਦਿਲਾਂ ਦਾ ਰਾਜਾ ਬਣ ਜਾਂਦੀ ਹਾਂ। ਬਿਲਕੁਲ, ਜਦੋਂ ਜਿੱਥੇ ਮੈਨੂੰ ਜਿਹੜਾ ਕੰਮ ਪੈ ਗਿਆ, ਮੇਰੇ 100-100 ਹੱਥ ਪੈਦਾ ਹੋ ਜਾਣੇ ਆ ਮੈਨੂੰ ਹੈਲਪ ਕਰਨ ਨੂੰ। ਮੈਂ ਆਪਣੇ ਜ਼ਿੰਦਗੀ 'ਚ ਇਹੋ ਜਿਹਾ ਤਰੀਕਾ ਅਪਣਾਇਆ ਸੀਗਾ ਕਿ ਮੈਂ ਅੱਗੇ ਕਿਸ ਤਰ੍ਹਾਂ ਵਧਣਾ ਹੈ, ਤੇ ਮੇਰੇ ਅੰਦਰ ਮੈਡੀਟੇਸ਼ਨ ਦੇ ਕਾਰਨ ਇਹੋ ਜਿਹੀ ਇੱਕ ਸੋਚ ਪੈਦਾ ਹੁੰਦੀ ਗਈ ਕਿ ਦੂਜਿਆਂ ਨੂੰ ਦੇਣ 'ਚ ਬੜਾ ਮਜ਼ਾ ਆਉਂਦਾ। ਮੈਨੂੰ ਉਹਦੇ 'ਚ ਲੱਗਦਾ ਸੀ ਮੈਂ ਅੱਗੇ ਵੱਧ ਗਈ, ਮੈਂ ਦੇਖਿਆ ਕਿ ਜੇ ਲੋਕੀ ਕੰਮ ਪੈਣ 'ਤੇ ਦੂਜਿਆਂ ਨੂੰ ਐਪਰੀਸ਼ੀਏਟ ਕਰਦੇ ਹੈ, ਜੇ ਕੰਮ ਪੈਣ 'ਤੇ ਦੂਜਿਆਂ ਦੀ ਚਾਪਲੂਸੀ ਕਰਦੇ ਹੈ, ਅੱਗੇ ਪਿੱਛੇ ਮੇਰੇ ਕੋਲ ਨਹੀਂ ਆਉਂਦੇ, ਹੌਲੀ ਹੌਲੀ ਮੈਂ ਉਹਨਾਂ ਦੇ ਛੋਟੇ ਛੋਟੇ ਕੰਮਾਂ 'ਚ ਹੈਲਪ ਕਰਨ ਲੱਗ ਗਈ। ਮੈਂ ਉਹਨਾਂ ਦੇ ਵਾਸਤੇ ਗੁੱਡ ਵਿਸ਼ਿਜ਼ ਰੱਖਣ ਲੱਗ ਗਈ, ਮੈਂ ਉਹਨਾਂ ਦਾ ਦੂਜਿਆਂ ਦੇ ਅੱਗੇ ਬਖਾਨ ਕਰਨ ਲੱਗ ਗਈ, ਇਹ ਬਹੁਤ ਚੰਗਾ, ਇਹ ਬਹੁਤ ਚੰਗਾ, ਇਹ ਬਹੁਤ ਚੰਗਾ। ਮੈਂ ਹੌਲੀ ਹੌਲੀ ਦੇਖਿਆ ਕਿ ਮੇਰੇ ਵਾਸਤੇ ਲੋਕਾਂ ਦੇ ਅੰਦਰ ਇੱਕ ਫੇਥ ਪੈਦਾ ਹੋ ਰਿਹਾ ਹੈ, ਇਹੋ ਜਿਹਾ ਫੇਥ ਪੈਦਾ ਹੋ ਰਿਹਾ ਕਿ ਜਿੱਥੇ ਲੋੜ ਸਾਨੂੰ ਪਏਗੀ, ਜ਼ਿੰਦਗੀ 'ਚ ਮੁਸੀਬਤ ਪਏਗੀ, ਇਹ ਸਾਡੇ ਨਾਲ ਮਿਲੇਗੀ, ਇਹ ਸਾਡੇ ਕੰਮ ਆਏਗੀ। ਇਸ ਕਰਕੇ ਜਦੋਂ ਮੈਂ ਆਪਣੀ ਪੋਜ਼ਿਟਿਵ ਫੀਲਿੰਗਸ ਲੈ ਕੇ ਕਿਸੇ ਦੇ ਕੋਲ ਵੀ ਜਾਂਦੀ ਹਾਂ, ਮੇਰੇ ਕੰਮ ਆਸਾਨੀ ਨਾਲ ਹੋ ਜਾਂਦੇ ਸੀ। ਮੈਂ ਫੀਲ ਕੀਤਾ ਹੈ ਕਿ ਮੈਂ ਇਹ ਨਹੀਂ ਸੋਚਦੀ ਕਿ ਫਲਾਣੇ ਨੇ ਤਾਂ ਮੇਰੀ ਗੱਲ ਨਹੀਂ ਸੁਣਨੀ, ਇਹ ਤਾਂ ਬੜਾ ਆਕੜ ਵਾਲਾ ਹੈਗਾ, ਇਹ ਇੱਦਾਂ ਹੈਗਾ,
ਇਹ ਨਹੀਂ ਸੋਚਦੀ, ਮੈਂ ਹਰ ਇੱਕ ਦੇ ਬਾਰੇ ਸੋਚਦੀ ਹਾਂ ਮੇਰਾ ਭਰਾ ਹੈਗਾ ਮੇਰੀ ਗੱਲ ਤੇ ਮੰਨ ਹੀ ਲਏਗਾ, ਮੇਰੀ ਗੱਲ ਤੇ ਜ਼ਰੂਰ ਸੁਣੇਗਾ। ਪਹਿਲਾਂ ਪੋਜ਼ਿਟਿਵ ਐਨਰਜੀ ਭੇਜਦੀ ਹਾਂ, ਫਿਰ ਹੋਰਾਂ ਨਾਲ ਵਿਵਹਾਰ ਕਰਦੀ ਹਾਂ, ਤੇ ਉਹਦੇ ਨਾਲ ਇੱਕ ਵਿਸ਼ਵਾਸ ਪੈਦਾ ਹੋ ਕੇ ਸਾਡੀ ਬਹੁਤ ਸੋਹਣੀ ਜੀ ਇੱਕ ਯੂਨਿਟੀ ਦੀ ਫੈਮਿਲੀ ਬਣ ਜਾਂਦੀ ਹੈ, ਇੱਕ ਹਿਊਮਨ ਫੈਮਿਲੀ ਜਿਹੜੀ ਤੁਹਾਨੂੰ ਅੱਗੇ ਵਧਣ 'ਚ ਹੈਲਪ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਣਾ ਕਿ ਇੱਕ ਅੰਨਾ ਤੇ ਇੱਕ ਲੰਗੜਾ ਮਿਲ ਕੇ ਪਹਾੜ ਚੜ ਲੈਂਦੇ। ਹਾਂਜੀ, ਜੇ ਪੁਰਾਣੀ ਸਟੋਰੀ, ਬਹੁਤ ਪੁਰਾਣੀ ਸਟੋਰੀ ਹੈ। ਕਿਉਂ ਚੜ ਲੈਂਦੇ ਆ ਪਹਾੜ? ਕਿਉਂਕਿ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ, ਨਾਲੇ ਇੱਕ ਦੂਜੇ ਦੀ ਵਿਸ਼ੇਸ਼ਤਾਵਾਂ ਨੂੰ ਯੂਜ਼ ਕੀਤਾ ਹੈ। ਅੰਨੇ ਨੇ ਆਪਣੀਆਂ ਲੱਤਾਂ ਦੇ ਤੀਆਂ, ਲੰਗੜੇ ਨੇ ਆਪਣੀਆਂ ਅੱਖਾਂ ਦੇ ਤੀਆਂ, ਤੇ ਮਿਲ ਕੇ ਅੱਗੇ ਵੱਧ ਗਏ। ਜੇ ਉਹ ਦੋਨੋਂ ਸੋਚਦੇ ਕਿ ਮੈਂ ਤੇ ਤੋਂ ਅੱਗੇ ਜਾਣਾ, ਦੋਨਾਂ ਨੇ ਨਹੀਂ ਸੀ ਜਾ ਸਕਣਾ। ਬਿਲਕੁਲ, ਬਹੁਤ ਵਧੀਆ, ਨਹੀਂ ਸੀ ਜਾ ਸਕਣਾ। ਇਹੋ ਜੀ ਗੱਲ ਚਾਹੀਦੀ ਹੈ, ਪਰਫੈਕਟ ਕੋਈ ਨਹੀਂ, ਰੇਸ ਚੱਲ ਰਹੀ ਹੈ, ਪਰ ਇੱਕ ਦੂਜੇ ਦੀ ਸਪੈਸ਼ਲਿਟੀਜ਼ ਨੂੰ ਐਪਰੀਸ਼ੀਏਟ ਕਰਨਾ ਹੀ ਯੂਜ਼ ਕਰਨਾ ਹੁੰਦਾ ਹੈ। ਜੇ ਆਪਾਂ ਐਪਰੀਸ਼ੀਏਟ ਕਰਨ ਦੇ ਬਜਾਏ ਉਹਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਚਾਹੁੰਦੇ ਹਾਂ, ਅੰਨਾ ਲੰਗੜੇ ਨੂੰ ਪਿੱਛੇ ਛੱਡਣ ਲੱਗ ਜਾਏ, ਲੰਗੜਾ ਅੰਨੇ ਨੂੰ ਪਿੱਛੇ ਛੱਡਣ ਲੱਗ ਜਾਏ, ਅੱਗੇ ਲੰਘ ਪਾਏਗਾ। ਇਹੋ ਜਿਹੀ ਗੱਲ ਹੋ ਗਈ ਹੈ। ਇਹਦੇ ਵਿੱਚ ਦੀਦੀ ਮੈਡੀਟੇਸ਼ਨ ਸਾਨੂੰ ਕਿੰਨਾ ਹੈਲਪ ਕਰਦਾ ਹੈ? ਮੈਡੀਟੇਸ਼ਨ ਹੀ ਹੈਲਪ ਕਰਦਾ ਹੈ, ਕਿਉਂਕਿ ਮੈਡੀਟੇਸ਼ਨ ਨਾਲ ਹੀ ਇੱਕ ਡਿਵਾਈਨ ਟਰੂ ਲਵ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਉਹਦੇ ਬਿਨਾਂ ਆਪਾਂ ਟਰੂ ਲਵ ਜਿਹਨੂੰ ਕਹਿੰਦੇ ਹਨ ਉਹ ਐਕਸਪੀਰੀਅੰਸ ਨਹੀਂ ਕਰ ਸਕਦੇ, ਕਿਉਂਕਿ ਜਦੋਂ ਆਪਾਂ ਮੈਡੀਟੇਸ਼ਨ ਕਰਦੇ ਹਾਂ ਉਦੋਂ ਸਾਨੂੰ ਰੱਬ ਦਾ ਪਿਆਰ ਮਿਲਦਾ ਹੈ। ਉਦੋਂ ਮੈਂ ਐਕਸਪੀਰੀਅੰਸ ਕਰਦੀ ਹਾਂ ਕਿ ਉਹ ਵਾਹਿਗੁਰੂ ਮੈਨੂੰ ਐਕਸੈਪਟ ਕਰ ਰਿਹਾ ਹੈ, ਉਹ ਮੈਨੂੰ ਰਿਜੈਕਟ ਨਹੀਂ ਕਰਦਾ, ਉਹ ਮੈਨੂੰ ਮੇਰੀ ਸਾਰੀ ਕਮੀਆਂ ਸਮੇਤ ਬਹੁਤ ਪਿਆਰ ਕਰਦਾ ਹੈ। ਜਦੋਂ ਵੀ ਮੈਡੀਟੇਸ਼ਨ ਕਰਦੀ ਹਾਂ ਬਹੁਤ ਵਾਰੀ ਤਾਂ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ, ਮੈਨੂੰ ਇੱਦਾਂ ਜਿਗਰੀ ਪਿਆਰ ਜਿਹਾ ਅਤੇ ਸਿਕਿਓਰ ਜਿਹਾ ਫੀਲ ਹੁੰਦਾ ਹੈ, ਜਿਸ ਤਰ੍ਹਾਂ ਉਹਦੀ ਲਾਈਟ ਨੇ ਮੈਨੂੰ ਆਪਣੀ ਗੋਦ 'ਚ ਲੈ ਲਿਆ ਹੈ। ਸਭ ਤੋਂ ਵੱਡੀ ਸਿਕਿਉਰਿਟੀ ਤਾਂ ਇਹੀ ਹੈ ਕਿ ਉੱਪਰ ਵਾਲਾ ਪਰਮਾਤਮਾ ਤੁਹਾਡੇ ਨਾਲ ਹੈ, ਅਤੇ ਮੈਨੂੰ ਅਣਜਾਣੇ ਰਸਤਿਆਂ 'ਤੇ ਕਦੇ ਅੱਧੀ ਰਾਤ ਵੀ ਕੋਈ ਗੱਲ ਏਦਾਂ ਦੀ ਨਹੀਂ ਲੱਗਦੀ ਕਿ ਮੇਰਾ ਕੀ ਹੋਵੇਗਾ। ਮੈਨੂੰ ਇੱਥੋਂ ਤੱਕ ਉਸ ਪਿਆਰ ਦੇ ਐਕਸਪੀਰੀਅੰਸ ਹੁੰਦੇ ਹੈ ਜੋ ਮੈਂ ਫੀਲ ਕਰਦੀ ਹਾਂ ਕਿ ਅੱਜ ਮੈਂ ਜੇ ਜੰਗਲ 'ਚ ਕਿਤੇ ਇਕੱਲੀ ਵੀ ਪੈ ਜਾਵਾਂ ਨਾ, ਮੇਰਾ ਕੁਝ ਨਹੀਂ ਵਿਗੜ ਸਕਦਾ। ਮੈਨੂੰ ਇਸ ਤਰ੍ਹਾਂ ਦਾ ਅੰਦਰ ਫੇਥ ਮਹਿਸੂਸ ਹੁੰਦਾ ਹੈ, ਕਿਉਂਕਿ ਜਦੋਂ ਵੀ ਮੈਡੀਟੇਟ ਕਰਦੀ ਹਾਂ ਮੈਨੂੰ ਲੱਗਦਾ ਹੈ ਉਹ ਮੇਰੀ ਗੱਲ ਸੁਣਦਾ ਵੀ ਹੈ। ਥੋੜਾ ਜਿਹਾ ਵੀ ਆਪਣੇ ਆਪ ਨੂੰ ਸਾਇਲੈਂਟ ਕਰਦੀ ਹਾਂ, ਉਹਦੇ ਆਨਸਰ ਐਕਸਪੀਰੀਅੰਸ ਹੁੰਦੇ ਹੈ, ਉਹਦੀ ਮਿੱਠੀ ਆਵਾਜ਼ ਮੇਰੇ ਕੰਨ 'ਚ ਪੈਂਦੀ ਹੈ, ਤੂੰ ਮੇਰੀ ਬੱਚੀ ਹੈ, ਤੂੰ ਮੇਰੀ ਬੇਟੀ ਹੈ, ਮੈਂ ਤੇਰੇ ਵਾਸਤੇ ਸੋਚਦਾ ਰਹਿੰਦਾ ਹਾਂ, ਮੈਂ ਵੀ ਤੈਨੂੰ ਯਾਦ ਕਰਦਾ ਹਾਂ, ਮੈਂ ਵੀ ਤੈਨੂੰ ਦੇਖਦਾ ਹਾਂ। ਉਹ ਸੁਪਰੀਮ ਲਾਈਟ ਜਦੋਂ ਇਹੋ ਜਿਹੀ ਆਵਾਜ਼ ਮੇਰੇ ਕੰਨ 'ਚ ਪੈਂਦੀ ਹੈ, ਮੇਰੀ ਅੱਖਾਂ ਭਰ ਜਾਂਦੀਆਂ ਹੈ, ਮੈਨੂੰ ਲੱਗਦਾ ਹੈ ਉਹ ਮੇਰਾ ਪਿਤਾ, ਮੈਂ ਉਹਦਾ ਬੱਚਾ, ਅਤੇ ਮੈਨੂੰ ਹੋਰ ਚਾਹੀਦਾ ਕੀ ਹੈ। ਸਭ ਤੋਂ ਵੱਡੀ ਤਾਕਤ ਤਿੰਨਾਂ ਲੋਕਾਂ ਦੀ ਮੈਨੂੰ ਸਾਥ ਦੇ ਰਹੀ ਹੈ। ਜਦੋਂ ਇਸ ਤਰ੍ਹਾਂ ਦਾ ਕੰਟੈਂਟਿਡ ਫੀਲ ਹੁੰਦਾ ਹੈ ਅਤੇ ਹੋਰਾਂ ਨੂੰ ਜਦੋਂ ਦੇਖਦੀ ਹਾਂ ਤਾਂ ਇੱਕੋ ਹੀ ਭਾਵ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਵੀ ਦੇ ਦੇਵਾਂ ਕੁਛ, ਇਹਨਾਂ ਨੂੰ ਪਿਆਰ ਦੇ ਦੇਵਾਂ, ਸੈਟਿਸਫੈਕਸ਼ਨ ਦੇ ਦੇਵਾਂ। ਉਹਦੇ ਅੱਗੇ ਇਹ ਮੈਟਰਲਿਸਟਿਕ ਚੀਜ਼ਾਂ, ਮਾੜੀ ਜਿਹੀ ਐਪਰੀਸੀਏਸ਼ਨ, ਮਾੜੀ ਜਿਹੀ ਧਨ ਦੌਲਤ, ਮੈਨੂੰ ਬਹੁਤ ਲੋਅਰ ਫੀਲ ਹੁੰਦੀ ਹੈ। ਉਹਦੇ ਬਦਲੇ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਪਰਸਨਲ ਚੀਜ਼ਾਂ ਵੀ ਜੇ ਦੂਜਿਆਂ ਨੂੰ ਦੇ ਦੇਵਾਂ ਨਾ ਤੇ ਉਹਦੇ ਬਾਅਦ ਵੀ ਮੈਨੂੰ ਖਾਲੀ ਨਹੀਂ ਲੱਗਦਾ, ਸਗੋਂ ਰਿਚ ਲੱਗਦਾ। ਮੈਨੂੰ ਲੱਗਦਾ ਮੈਨੂੰ ਬਲੈਸਿੰਗਸ ਮਿਲੀਆਂ, ਮੈਨੂੰ ਇੱਕ ਇਹੋ ਜਿਹੀ ਤਾਕਤ ਮਿਲੀ ਜਿਹੜੀ ਮੇਰੇ ਫਿਊਚਰ ਨੂੰ ਬਹੁਤ ਸੇਫ ਕਰਦੀ ਹੈ, ਸਿਕਿਓਰ ਫੀਲ ਹੁੰਦਾ ਹੈ। ਉਹਦੇ ਲਈ ਪਹਿਲਾਂ ਖੁਦ ਭਰਪੂਰ ਹੋਣਾ ਪਏਗਾ, ਤਾਂ ਹੀ ਜੋ ਖਜ਼ਾਨਾ ਹੈ ਤੁਸੀਂ ਦਿੰਦੇ ਜਾਓਗੇ ਤਾਂ ਤੁਹਾਡਾ ਖਜ਼ਾਨਾ ਆਪਣਾ ਖਤਮ ਨਹੀਂ ਹੋਏਗਾ, ਉਹ ਹੋਰ ਭਰਪੂਰ ਹੁੰਦਾ। ਮੈਨੂੰ ਇੱਦਾਂ ਲੱਗਦਾ ਹੈ ਕਿ ਮੈਨੂੰ ਦੁਨੀਆਂ 'ਚ ਕਿਸੇ ਨਾਲ ਜੈਲਸੀ ਫੀਲ ਨਹੀਂ ਹੁੰਦੀ, ਕਿਸੇ ਦੀ ਮਰਜ਼ੀ ਐਪਰੀਸੀਏਸ਼ਨ ਕਰ ਲਓ, ਤਾਲੀਆਂ ਵਜਾ ਦਿਓ, ਉਹਨਾਂ ਅਵਾਰਡ ਦੇ ਦਿਓ, ਸਭ ਕੁਝ ਦੇ ਦਿਓ, ਤਾਂ ਵੀ ਮੈਨੂੰ ਲੱਗਦਾ ਕਿ ਮੇਰੇ ਕੋਲ ਹੈ, ਮੇਰੇ ਕੋਲ ਬਹੁਤ ਕੁਝ ਹੈ, ਤੇ ਜਿਹਨੂੰ ਬਹੁਤ ਕੁਝ ਮਿਲਿਆ ਉਹਨੂੰ ਮੈਂ ਖੁਸ਼ੀ ਨਾਲ ਵਧਾਈਆਂ ਦਿੰਦੀ ਹਾਂ। ਸਹੀ ਗੱਲ ਹੈ, ਆਪਣੀ ਵਿਸ਼ੇਸ਼ਤਾਵਾਂ ਜੋ ਨੇ ਉਹ ਵੀ, ਉਹਦੇ ਉੱਪਰ ਵੀ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਜਿਹਨੂੰ ਆਪਾਂ ਸੈਲਫ ਰਿਸਪੈਕਟ ਕਹਿੰਦੇ ਹਾਂ, ਕਿ ਆਪਣੇ ਆਪ ਨੂੰ ਵੀ ਰਿਸਪੈਕਟ ਦਿਓ ਨਾ, ਕਿ ਰੱਬ ਨੇ ਤੁਹਾਨੂੰ ਜੋ ਦਿੱਤਾ ਉਹ ਕਿਸੇ ਤੋਂ ਘੱਟ ਨਹੀਂ ਹੈਗਾ, ਸਿਰਫ ਤਰੀਕਾ ਵੱਖ ਵੱਖ ਹੈਗਾ, ਉਹ ਹੋਣਾ ਵੀ ਚਾਹੀਦਾ, ਸੰਸਾਰ ਦੀ ਬਿਊਟੀ ਹੈ, ਬਿਲਕੁਲ, ਕਿਤੇ ਰੈੱਡ ਕਲਰ ਕਿਤੇ ਗ੍ਰੀਨ ਕਲਰ ਵੱਖਰੇ ਵੱਖਰੇ ਹੁੰਦੇ ਹੀ ਹੈ। ਤੇ ਇਹਦਾ ਦੀਦੀ ਤੁਸੀਂ ਸਾਨੂੰ ਇਹ ਜੋ ਸੋਲਿਊਸ਼ਨ ਛੋਟੇ ਛੋਟੇ ਦੱਸੇ, ਕਿ ਸਭ ਤੋਂ ਪਹਿਲਾਂ ਤਾਂ ਰੀਸ ਨਹੀਂ ਕਰਨੀ ਹੈ,
ਜੇ ਕੰਪੀਟੀਸ਼ਨ ਕਰਨਾ ਹੈ ਤਾਂ ਹੈਲਦੀ ਕੰਪੀਟੀਸ਼ਨ ਕਰਨਾ ਹੈ, ਤੀਸਰਾ ਆਪਣੇ ਬਾਰੇ ਨਾ ਸੋਚਦੇ ਹੋਏ ਦੂਸਰਿਆਂ ਨੂੰ ਦੇਣ ਦੀ ਭਾਵਨਾ ਨਾਲ ਸੋਚਣਾ ਹੈ। ਬਹੁਤ ਗ੍ਰੇਟ ਫੀਲਿੰਗ ਹੈਗੀ, ਬਹੁਤ ਗ੍ਰੇਟ। ਔਰ ਪਿਆਰ ਵਾਲੀ ਭਾਵਨਾ ਜੇ ਤੁਸੀਂ ਇਨਸਾਨੀਅਤ ਦੇ ਨਾਤੇ ਸੋਚੋਗੇ ਕਿ ਸਭ ਦਾ ਭਲਾ ਹੋਵੇ ਔਰ ਸਭ ਨੂੰ ਦੇਣਾ ਹੀ ਦੇਣਾ ਹੈ, ਜੋ ਆਵੇ ਖਾਲੀ ਹੱਥ ਨਾ ਜਾਵੇ। ਔਰ ਪੰਜਵਾਂ ਮੋਸਟ ਇੰਪੋਰਟੈਂਟਲੀ ਜੋ ਤੁਸੀਂ ਕਿਹਾ ਹੈ ਕਿ ਰੱਬ ਨਾਲ ਜੁੜਨਾ ਹੈ, ਬਿਕੋਜ਼ ਉਹ ਸ਼ਬਦ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਸਮੁੰਦਰ ਹੈ, ਔਰ ਸਮੁੰਦਰ 'ਚ ਤਾਂ ਕਦੀ ਵੀ ਘਾਟ ਨਹੀਂ ਹੁੰਦੀ ਹੈ, ਉਹ ਤਾਂ ਦਿੰਦਾ ਹੀ ਰਹੇਗਾ ਮਿੱਟੀ ਦਾ ਜਿਹੜਾ ਸਰੀਰ ਹੈਗਾ ਸਾਡਾ, ਇਹ ਸਭ ਕੁਛ ਨਹੀਂ ਹੈਗਾ, ਇਹਦੇ ਅੰਦਰ ਮੱਥੇ ਦੇ ਅੰਦਰ ਇੱਕ ਜੋਤ ਜਗਦੀ ਹੈ। ਆ ਜਿਹੜੀ ਜੋਤ ਹੈ ਮੱਥੇ ਦੇ ਅੰਦਰ, ਸੋਨੇ ਜਿਹੇ ਸਟਾਰ ਵਰਗੀ ਹੈ। ਇਸ ਸਟਾਰ ਦੇ ਵਿੱਚੋਂ ਲਾਈਟ ਦੀ ਰੇਜ਼ ਨਿਕਲ ਰਹੀਆਂ ਨੇ। ਇਸ ਸੋਹਣੀਆਂ ਜਿਹੀਆਂ ਲਾਈਟ ਦੀ ਰੇਜ਼ ਫੁੱਲ ਆਫ ਪੀਸ ਅਤੇ ਹੈਪੀਨੈਸ, ਇਹ ਲਾਈਟ ਸਾਰੀ ਬ੍ਰੇਨ ਦੇ ਅੰਦਰ ਜਾ ਰਹੀ ਹੈ, ਪੂਰੇ ਬ੍ਰੇਨ ਨੂੰ ਰੌਸ਼ਨ ਕਰ ਰਹੀ ਹੈ। ਮੱਥੇ ਦੇ ਸਟਾਰ ਦੀ ਲਾਈਟ ਬ੍ਰੇਨ ਦੇ ਅੰਦਰ ਜਾ ਕੇ ਸਿਰ ਦੇ ਚਾਰੋਂ ਪਾਸੇ ਇੱਕ ਸਰਕਲ ਬਣਾ ਰਹੀ ਹੈ। ਆ ਸਰਕਲ ਦੂਰ ਦੂਰ ਤੱਕ ਪੀਸਫੁੱਲ ਪਿਓਰ ਲਾਈਟ ਫੈਲਾ ਰਿਹਾ ਹੈ। ਮੈਂ ਮੱਥੇ ਦੇ ਅੰਦਰ ਰਹਿਣ ਵਾਲੀ ਇੱਕ ਸ਼ਾਂਤ ਆਤਮਾਵਾਂ, ਪਿਓਰ ਆਤਮਾਵਾਂ। ਮੈਂ ਪਰਮ ਪਿਤਾ ਵਾਹਿਗੁਰੂ ਦਾ ਬੱਚਾ ਵਾਂ। ਉਹ ਕਿੱਥੇ ਰਹਿੰਦੇ ਨੇ? ਦੂਰ ਸੂਰਜ ਚੰਨ ਤੋਂ ਪਰੇ ਇੱਕ ਲਾਲ ਲਾਈਟ ਦਾ ਆਕਾਸ਼ ਹੈਗਾ ਹੈ, ਉਹਦੇ ਵਿੱਚ ਉਹ ਵਾਹਿਗੁਰੂ ਪਰਮ ਪਿਤਾ ਦੀ ਜੋਤ ਜਗਦੀ ਹੈ। ਉਹ ਨਿਰਾਕਾਰ ਜੋਤ, ਪਰਮ ਜੋਤ, ਜਿਹਦੀ ਤੇਜ ਲਾਈਟ ਦੂਰ ਦੂਰ ਤੱਕ ਫੈਲ ਰਹੀ ਹੈ। ਉਹ ਮੇਰਾ ਪਰਮ ਪਿਤਾ ਮੈਨੂੰ ਦੇਖ ਰਿਹਾ ਹੈ, ਆਪਣੀ ਪਿਓਰ ਲਾਈਟ ਮੇਰੇ 'ਤੇ ਵਰਸਾ ਰਿਹਾ ਹੈ। ਉਹਦੀ ਪਿਓਰ ਪੀਸਫੁੱਲ ਲਾਈਟ ਉਤਰ ਉਤਰ ਕੇ ਮੇਰੇ ਮੱਥੇ ਨੂੰ ਟੱਚ ਕਰ ਰਹੀ ਹੈ, ਮੇਰੇ ਅੰਦਰ ਦੀ ਮੈਲ ਧੁੱਲਦੀ ਜਾ ਰਹੀ ਹੈ, ਮੇਰੇ ਅੰਦਰ ਇੱਕ ਸਕੂਨ ਪੈ ਰਿਹਾ ਹੈ। ਮੈਂ ਅੰਦਰੋਂ ਭਰਦੀ ਹੋਈ ਫੀਲ ਕਰ ਰਹੀ ਹਾਂ। ਇਹ ਡਿਵਾਈਨ ਲਾਈਟ ਮੈਨੂੰ ਮੇਰੇ ਪਿਤਾ ਦਾ ਸੱਚਾ ਪਿਆਰ ਮਹਿਸੂਸ ਕਰਾ ਰਹੀ ਹੈ। ਆ ਕਿਰਨਾਂ ਬੋਲ ਰਹੀਆਂ ਨੇ, ਉਹ ਮੇਰੇ ਬੱਚੇ ਤੂੰ ਚਿੰਤਾ ਨਾ ਕਰ, ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਵੇਖ ਰਿਹਾ ਹਾਂ, ਮੈਂ ਤੈਨੂੰ ਸਾਰੀ ਸ਼ਕਤੀ ਦੇ ਰਿਹਾ ਹਾਂ। ਇਹ ਸ਼ਕਤੀ ਮੇਰੇ ਅੰਦਰ ਭਰਦੀ ਜਾ ਰਹੀ ਹੈ। ਮਨ ਸ਼ਾਂਤ ਅਤੇ ਸੰਤੁਸ਼ਟ ਹੁੰਦਾ ਜਾ ਰਿਹਾ ਹੈ। ਅਕਰਣਾ ਵਰਸੀ ਜਾਂਦੇ ਹੋ, ਅੰਦਰ ਸਮਾਈ ਜਾਂਦੇ ਹੋ। ਓਮ ਸ਼ਾਂਤ। ਓਮ ਸ਼ਾਂਤੀ ਦੀਦੀ, ਅੱਜ ਦੀ ਪੂਰੀ ਚਰਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਜਿੱਦਾਂ ਕਿ ਅੱਜ ਦਾ ਪੂਰਾ ਐਪੀਸੋਡ ਅਸੀਂ ਈਰਸ਼ਾ ਤੋਂ ਸ਼ੁਰੂ ਕੀਤਾ, ਲੇਕਿਨ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਦੀਦੀ ਨੇ ਇਹਨੂੰ ਖਤਮ ਕੀਤਾ ਹੈ। ਔਰ ਮੈਂ ਚਾਹੁੰਦੀ ਹਾਂ ਕਿ ਪਰਮਾਤਮਾ ਦੀ ਜੋ ਕਿਰਨਾਂ ਨੇ ਉਹ ਹਰ ਇੱਕ ਦੀ ਜ਼ਿੰਦਗੀ ਨੂੰ ਛੂਹਣ, ਔਰ ਤੁਸੀਂ ਆਪਣੀ ਜ਼ਿੰਦਗੀ ਨੂੰ ਐਵੇਂ ਹੀ ਭਰਪੂਰ ਰੱਖੋ। ਜਦੋਂ ਤੁਸੀਂ ਖੁਦ ਭਰਪੂਰ ਰਹੋਗੇ ਤਾਂ ਆਪਣੇ ਆਪ ਜੋ ਅੰਦਰ ਇਨਸਿਕਿਉਰਿਟੀ ਦੀ ਭਾਵਨਾ ਹੈ, ਜੋ ਕੰਪੈਰੀਜ਼ਨ ਦੀ ਭਾਵਨਾ ਸਾਡੇ ਅੰਦਰ ਅੱਜ ਕੱਲ੍ਹ ਕਰਦੀ ਜਾ ਰਹੀ ਹੈ, ਉਹ ਆਪਣੇ ਆਪ ਖਤਮ ਹੋ ਜਾਏਗੀ। ਜੇ ਅਸੀਂ ਅੰਦਰੋਂ ਕੰਟੈਂਟ ਔਰ ਭਰਪੂਰ ਰਹਾਂਗੇ ਤਾਂ ਕੋਈ ਇਨਸਿਕਿਉਰਿਟੀਜ਼ ਸਾਡਾ ਕੁਛ ਨਹੀਂ ਵਿਗਾੜ ਸਕਣਗੀਆਂ, ਔਰ ਅਸੀਂ ਦੇਣ ਦੀ ਭਾਵਨਾ ਜੋ ਹੈ ਸਾਡੇ ਅੰਦਰ ਆਟੋਮੈਟਿਕ ਆਉਂਦੀ ਜਾਏਗੀ, ਔਰ ਈਰਸ਼ਾ ਦੀ ਔਰ ਈਰਖਾ ਦੀ ਜੋ ਭਾਵਨਾ ਹੈ ਉਹ ਆਪਣੇ ਆਪ ਖਤਮ ਹੋ ਜਾਵੇਗੀ। ਫਿਰ ਮਿਲਦੇ ਹਾਂ ਅਗਲੀ ਕੜੀ 'ਚ। ਓਮ ਸ਼ਾਂਤੀ।